पंजाब दे विच अज कल खून दे रिश्ते पानी हुंदे नज़र आ रहे हैं। घटना तुहानू दस दिए कि बंगा दे नेड़े पिंड सल कलां दी है, जिथे अमरजीत नामी व्यक्ति नू पिछले 25 मई नू जिहड़ा है वह दो व्यक्तियों वलों गोलियां मार के कतल कर दिता गया सी। इस साजिश दे पिछे तुहानू दस दिए कि इसकी सकी भैण का ही हत्थ सी। जमीन की खातर जिहड़ा है सकी भैण ने ही अपने भरा का गोलियां मार के मरवा के जिहड़ा है वह कतल करवा दिता। एक घटना ही बड़ी दिल नू दहलाउण वाली घटना है, तो इस संबंधी SSP ने जिहड़ी है जानकारी दित्ती। ਉਹਨਾਂ ਦਾ ਮਰਡਰ ਹੋ ਗਿਆ ਸੀ। ਉਹਨਾਂ ਦੇ ਘਰ ਆ ਕੇ ਦੋ ਮੋਟਰਸਾਈਕਲ ਤੇ ਨੌਜਵਾਨ ਉਹਨੂੰ ਬਿਠਾ ਕੇ ਲੈ ਗਏ ਸੀ। ਉਹਨਾਂ ਦੇ ਖੇਤਾਂ ਦੇ ਲਾਗੇ ਜਾ ਕੇ ਉਹਨਾਂ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਸੀ। ਫਾਇਰ ਆਮ ਇੰਜਰੀ ਸੀਗੀ। ਉਸ ਦੇ ਵਿੱਚ ਅਸੀਂ ਟੀਮਸ ਬਣਾ ਕੇ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਔਰ ਕਰਦੇ ਕਰਦੇ ਅਸੀਂ ਉਸਦੀ ਸਿਸਟਰ ਤੱਕ ਪਹੁੰਚੇ ਕਿ ਜਿਸ ਦੇ ਉੱਤੇ ਸ਼ੱਕ ਜ਼ਾਹਰ ਹੋ ਰਿਹਾ ਸੀ ਵੀ ਸ਼ੀ ਇਜ਼ ਦੀ ਕਲਪ੍ਰੇਟ। ਜਦੋਂ ਉਹਨੂੰ ਪੁੱਛਗਿੱਛ ਕੀਤੀ ਲਿਆ ਕੇ ਤਾਂ ਉਹਨੇ ਐਡਮਿਟ ਕੀਤਾ ਕਿ ਮੈਂ ਕਿਸੇ ਨੂੰ ਪੈਸੇ ਦਿੱਤੇ ਸੀ ਅਤੇ ਉਹਦੇ ਕੋਲੋਂ ਕਰਵਾਇਆ ਸੀ। ਉਹ ਡਿਟੇਲ ਸਾਰੀ ਹੈਗੀ। ਉਹਦੇ ਨਾਲ ਇੱਕ ਲੇਡੀ ਹੋਰ ਹੈ ਜਿਹੜੀ ਕਿ ਹੈਂਡੀਕੈਪ ਜਿਹਨੇ ਦੇਖੀ ਹੋਏਗੀ, ਉਹ ਵੀ ਵਿੱਚ ਇਨਵੋਲਵ ਸੀ, ਜਿਹਨੇ ਉਹਦਾ ਤਾਲਮੇਲ ਕਰਾਇਆ ਕਿਲਰਸ ਦੇ ਨਾਲ ਅਤੇ ਉਹ 75,000 ਦੇ ਵਿੱਚ ਇਹਨਾਂ ਦੀ ਡੀਲ ਫਾਈਨਲ ਹੋਈ ਔਰ ਉਹਨਾਂ ਨੇ ਲਿਆ ਕੇ ਉਸੇ ਦਿਨ ਹੀ ਜਿਹੜੀ ਸਿਸਟਰ ਸੀ ਉੱਥੋਂ ਹੀ ਆਈ ਸੀ ਚਰਨ ਪਿੰਡ ਤੋਂ, ਉਹਦੀ ਆਪਣੀ ਸਹੇਲੀ ਦੇ ਨਾਲ ਵਾਪਸ ਫੇਰੇ ਅਤੇ ਘੰਟੇ ਬਾਅਦ ਹੀ ਉਹਨੂੰ ਉਹਦੇ ਜਿਹੜੇ ਬੰਦੇ ਸੀਗੇ ਜਿਹਨਾਂ ਨਾਲ ਟਾਈ ਅਪ ਕਰ ਰਹੇ ਸੀ ਉਹਨਾਂ ਨੂੰ ਬੁਲਾ ਕੇ ਉਹ ਲੈ ਗਏ ਅਤੇ ਉਹਨਾਂ ਨੇ ਉਹਦਾ ਮਰਡਰ ਕਰ ਦਿੱਤਾ। ਕੌਜ਼ ਜਿਹੜਾ ਸੀਗਾ ਕਿ ਇੱਕ ਤਾਂ ਜੋ ਇਹ ਲੇਡੀ ਕਹਿੰਦੀ ਹੈ ਕਿ ਉਹ ਸਾਨੂੰ ਮਾਰਦਾ ਸੀਗਾ, ਸ਼ਰਾਬ ਪੀਂਦਾ ਸੀਗਾ ਅਤੇ ਇਹ ਹੈ, ਲੇਕਿਨ ਜਿਹੜਾ ਬੇਸਿਕ ਨਿਕਲਿਆ ਹੋਇਆ ਹੈ ਕਿ ਪ੍ਰੋਪਰਟੀ ਡਿਸਪਿਊਟ ਸੀਗਾ। ਫਾਦਰ ਨੇ 10 ਕਿੱਲੇ ਜ਼ਮੀਨ ਆਪਣੀ ਬੇਟੀ ਦੇ ਨਾਂ 'ਤੇ ਲਗਵਾਤੀ ਸੀ ਅਤੇ ਹੁਣ ਉਹਨੂੰ ਲੱਗ ਰਿਹਾ ਸੀ ਕਿ ਮੈਂ ਬੇਟੇ ਨੂੰ ਕੁਛ ਦਿੱਤਾ ਨਹੀਂ ਹੈ, ਮੈਂ ਅੱਧੀ ਉਹਨੂੰ ਦੇ ਦਿਆਂਗਾ, ਅੱਧੀ ਇਹਨੂੰ ਦੇ ਦਿਆਂਗਾ। ਤਾਂ ਜਦੋਂ ਇਹ ਚੀਜ਼ ਉਹਨੇ ਜ਼ਾਹਿਰ ਕੀਤੀ 4-5 ਦਿਨ ਪਹਿਲਾਂ 20-21 ਤਰੀਕ ਦੇ ਨਜ਼ਦੀਕ, ਅਤੇ ਉਸ ਤੋਂ ਬਾਅਦ ਫਿਰ ਇਹਦਾ ਮਨ ਜਿਹੜਾ ਉਹ ਬਦਲਿਆ ਕਿ ਹੁਣ ਤਾਂ ਜ਼ਰੂਰੀ ਹੈ। ਹਾਲਾਂਕਿ ਇਹ ਚੀਜ਼ ਜਿਹੜੀ ਉਹਦੀ ਪਲੈਨਿੰਗ ਸੀਗੀ 1 ਮਹੀਨਾ ਪਹਿਲਾਂ ਵੀ ਬਣੀ ਸੀ ਕਿ ਕੱਲ੍ਹ ਨੂੰ ਇਹ ਕਲੇਮ ਕਰੇਗਾ ਹੀ ਕਰੇਗਾ, ਬਟ ਜਦੋਂ ਉਹਨੇ ਕਿਹਾ ਫਾਦਰ ਨੇ ਇੱਛਾ ਜ਼ਾਹਰ ਕੀਤੀ ਕਿ ਹੁਣ ਮੈਂ ਸੋਚਦਾ ਕਿ ਮੈਨੂੰ ਵੀ ਕੁਛ ਦੇ ਦੇਈਏ, ਠੀਕ ਹੋ ਗਿਆ, ਤਾਂ ਦੈਨ ਸ਼ੀ ਇਮੀਡੀਏਟਲੀ ਆ ਜਾਣ ਕਿ ਡੂ ਇਟ, ਅਤੇ ਉਹ ਉਹਨਾਂ ਨੇ ਉਹਨਾਂ ਦਾ ਮਰਡਰ ਕੀਤਾ ਅਤੇ ਉਹ ਵੀ ਹੁਣ ਸਾਡੇ ਨੈੱਟ ਦੇ ਵਿੱਚ ਨੇ, 3 ਬੰਦੇ ਗ੍ਰਿਫਤਾਰ ਕਰ ਲਏ। ਕੋਈ ਹੋਰ ਵੀ ਨਾਲ ਮੁਜਰਮ ਹੈ ਸਰ ਇਹਨਾਂ ਦੇ? ਹਾਂ ਜੀ, ਹੈਗੇ ਆ ਇਹਦੇ 'ਚ। ਕਿੰਨੇ ਬੰਦੇ ਹੋਰ ਨੇ ਇਹਦੇ ਟੋਟਲ? ਇਹਦੇ 'ਚ 5-6 ਬੰਦੇ ਹਾਲੇ ਤੱਕ ਸਾਡੇ ਕੋਲ ਕੁਛ ਕਿਛ ਦੌਰਾਨ ਆਏ ਨੇ, ਤਾਂ ਉਹਨਾਂ ਦੇ ਵਿੱਚੋਂ 3 ਗ੍ਰਿਫਤਾਰ ਹੋ ਗਏ ਨੇ, 2 ਅਜੇ ਅਸੀਂ ਉਹਨਾਂ ਦੇ ਪਿੱਛੇ ਛੇਤੀ ਗ੍ਰਿਫਤਾਰ ਕਰ ਲਏ। ਉਹ ਕਿੱਥੇ ਲੋਕਲ ਰਹਿਣ ਵਾਲੇ? ਪਿੰਡ ਦੇ ਨੇੜੇ ਤੇ ਨੇ ਕੋਈ ਬਾਹਰ ਦੂਰ ਦੇ ਨੇ? ਐਡਰੈਸ ਨਹੀਂ ਦੱਸ ਜੀ, ਐਡਰੈਸ ਪੁੱਛੋ ਭਾਈ, ਕਿੱਥੇ ਲੋਕਲ ਦੇ ਨੇ? ਬਾਹਰ ਮੇਰੇ ਲੋਕਲ 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 ਜਿਲ੍ਹੇ ਸੰਬੰਧ ਦੇ ਪੁੱਛ ਲਓ, ਆਲ ਲੋਕਲ। ਕੋਈ ਪਹਿਲੇ ਪਰਚੇ ਸਰ, ਕੋਈ ਪਹਿਲੇ ਪਰਚੇ ਇਹਨਾਂ ਦੇ ਉੱਪਰ? ਹਾਂਜੀ, ਕੋਈ ਕ੍ਰਾਈਮ ਦਾ ਕੋਈ ਪਹਿਲਾ ਪਰਚਾ ਜਿਹੜੇ ਪੜੇ ਗਏ ਪਰਸਨ? ਨਹੀਂ, ਹਾਲੇ ਤੱਕ ਉਹ ਪੁੱਛਗਿੱਛ ਦੌਰਾਨ ਇਹੋ ਜਿਹਾ ਕੁਛ ਨਹੀਂ ਹੈ ਕੋਈ ਪਹਿਲਾ ਪਰਚਾ, ਬਟ ਕੋਈ ਬਹੁਤ ਚੰਗੀ ਸ਼ੋਹਰਤ ਦੇ ਮਾਲਕ ਨਹੀਂ ਹੈਗੇ। ਸਰ ਕਦੋਂ ਦਾ ਢੰਗ ਕੀ ਅਪਣਾਇਆ ਇਹਨਾਂ ਨੇ? ਮੋਟਰਸਾਈਕਲ 'ਤੇ ਬਿਠਾ ਕੇ ਲੈ ਗਿਆ ਜੀ, ਸੜਕ ਦੇ ਉੱਤੇ ਹੀ ਗੋਲੀ ਮਾਰੀ ਹੈ ਲਾਗੇ ਤੋਂ, ਉੱਥੇ ਹੀ ਗਿਰ ਗਿਆ ਐਂਡ ਦੇ ਰਹਿਣਾ। ਵੈਪਨ ਸਰ ਜਿਹੜਾ ਸੀਗਾ ਉਹ ਅਜੇ ਰਿਕਵਰ ਨਹੀਂ ਹੋਇਆ, ਜਿਹੜਾ ਮੋਬਾਈਲ ਯੂਜ਼ ਹੋਇਆ ਸੀ ਉਸ ਵਿੱਚ ਔਰ ਜਿਹੜਾ ਕੈਸ਼ ਕੁਛ ਪੋਰਸ਼ਨ ਜਿਹੜਾ ਉਹਨਾਂ ਨੇ ਦਿੱਤਾ ਸੀ ਜਿਹੜੇ ਪਕੜੇ ਗਏ ਉਹਨਾਂ ਕੋਲ ਰਿਕਵਰ ਹੋ ਗਿਆ। ਕਿੰਨੇ ਰਿਕਵਰ ਹੋਈ ਸਰ ਕੈਸ਼? ਕੈਸ਼ 45,000 ਇੱਕ ਲੇਡੀ ਕੋਲੋਂ ਜੀ ਜਿਹੜਾ ਦੇਣਾ ਸੀ 45,000 ਟੋਟਲ ਕੈਸ਼ ਹੋਈ 2 ਜਣਿਆਂ ਕੋਲੋਂ ਔਰ ਇੱਕ ਕੋਲੋਂ ਮੋਬਾਈਲ ਜਿਹੜੇ ਸਿਮ ਪਾ ਕੇ ਉਹਨਾਂ ਨੇ ਉਹ ਯੂਜ਼ ਕੀਤਾ ਜਿਹ 'ਚੋਂ ਡਾਇਰੈਕਸ਼ਨ ਦੇ ਰਹੀ ਸੀ ਜਿਹੜੀ ਨਾਲ ਲੇਡੀ ਆਈ ਸੀ ਹੈਂਡੀਕੈਪ ਔਰ ਉਹ ਫਿਰ ਸਿਮ ਇਹਨਾਂ ਨੇ ਕੱਟ ਕੇ ਉਹ ਤੋੜ ਦਿੱਤਾ ਗਿਆ, ਬਟ ਮੋਬਾਈਲ ਅਸੀਂ ਰਿਕਵਰ ਕਰ। ਜਿਹੜੀ ਮ੍ਰਿਤਕ ਦੀ ਬਹਿਣ ਉਹ ਸਾਈਸ਼ੁਦਾ ਹੈ, ਬੱਚੇ ਪੁੱਛ ਕਿਤਨੇ ਉਮਰ ਦੇ? ਨਹੀਂ, ਸ਼ਾਦੀਸ਼ੁਦਾ ਨਹੀਂ ਹੈ ਜੀ, ਉਹ ਸ਼ਾਦੀ ਹੋਈ ਸੀ, ਡਾਇਵੋਰਸੀ ਆ ਔਰ ਬਿਲਕੁਲ ਇਕੱਲੇ। ਰਿਮਾਂਡ ਮਿਲਿਆ ਸਰ ਨੂੰ? ਰਿਮਾਂਡ ਉਹਨਾਂ 'ਚੋਂ ਵੀ ਕੋਈ ਫੜ ਹੋਇਆ ਸਰ? ਜਿਹੜੇ ਦੋ ਸੀਗੇ ਮਤਲਬ ਜਿਹਨਾਂ ਨੇ ਨਹੀਂ ਹੈ ਜੀ ਉਹਨਾਂ ਦੇ ਪਿੱਛੇ। ਅਤੇ ਸਰ ਜਿਹੜੀ ਇਹ ਲੇਡੀ ਆ ਇਹਦੇ ਨਾਲ ਇਹਦਾ ਕਨੈਕਟ ਕਿੱਦਾਂ ਹੋਇਆ ਸੀ ਇਹਦੇ ਨਾਲ? ਆ ਜਿਹੜਾ ਇੱਕ ਲੜਕਾ ਵਿੱਚ ਆਇਆ ਸੀਗਾ, ਜਿਹੜੀਆਂ ਦੋਨੋਂ ਲੇਡੀਜ਼ ਨੇ ਇਹ ਤਾਂ ਆਪਸ 'ਚ ਸਹੇਲੀਆਂ ਨੇ ਕਾਫੀ ਦੇਰ ਤੋਂ। ਅੱਛਾ ਜੀ। ਅਤੇ ਉਹ ਜਿਹੜੀ ਸਹੇਲੀ ਹੈ ਉਹਨੇ ਇਹਦਾ ਉਸ ਲਖਬੀਰ ਨਾਲ ਜਿਹੜਾ ਹੁਣ ਮੁੰਡਾ ਤੁਹਾਡੇ ਪੇਸ਼ ਕੀਤਾ ਉਹਦੇ ਨਾਲ ਕੰਟੈਕਟ ਪਾਇਆ ਸੀ, ਉਹਦੇ ਅੱਗੇ ਉਹ ਦੋਸਤ ਨੇ ਜਿਹਨਾਂ ਨੇ ਇਹ ਕੰਮ ਨੂੰ ਅੰਜਾਮ ਦਿੱਤਾ। ਰਿਮਾਂਡ ਸਕਦੇ ਨੇ ਮਿਲੇ? ਦੋ ਨੇ ਜੀ, ਮੋਟਰਸਾਈਕਲ ਬੌਂਡ ਸੀਗੇ, ਮੋਟਰਸਾਈਕਲ ਰੁਕਿਆ। ਹਾਂ, ਮੋਟਰਸਾਈਕਲ ਵੀ ਉਹ ਮੁੰਡੇ ਦਾ ਹੀ ਹੈ। ਰਿਮਾਂਡ ਸਰ ਇਹਨਾਂ ਦਾ ਹੁਣ ਪੇਸ਼ ਕਰਾਂਗੇ, ਰਿਮਾਂਡ ਲਵਾਂਗੇ। ਪਹਿਲਾਂ ਸਿਸਟਰ ਦਾ ਰਿਮਾਂਡ ਤਾਂ ਆਲਰੇਡੀ ਹੈਗਾ ਸਾਡੇ ਕੋਲ 4 ਦਿਨ, ਬਾਕੀ ਦੋਨੋਂ ਜਣੇ ਪੇਸ਼ ਕਰਕੇ। ਜਿੱਦਾਂ ਇਹਨੇ ਵੈਪਨ ਯੂਜ ਕੀਤਾ ਇਹਦਾ ਮਤਲਬ ਪਹਿਲਾਂ ਵੀ ਅਪਰਾਧਿਕ ਗਤੀਵਿਧੀਆਂ ਕਰਦੇ ਹੋਣੇ ਆ? ਹੋ ਸਕਦਾ ਜੀ, ਉਹ ਜਦੋਂ ਆਉਣਗੇ ਕਾਬੂ ਉਦੋਂ ਪੁੱਛ ਕੇ ਪਤਾ ਲੱਗੇਗਾ ਕਿ ਕਿੱਥੇ ਕਿਸੇ ਨੇ ਗੋਲੀ ਜਿਹੜੀ ਮਾਰੀ ਹੈ। ਇਸ ਲੜਕੇ ਨੇ ਮਾਰੀ ਹੈ ਜਾਂ ਉਹ ਮੋਟਰਸਾਈਕਲ ਵਾਲਾ? ਨਹੀਂ, ਉਹ ਮੋਟਰਸਾਈਕਲ ਵਾਲਾ ਨੇ। ਮੇਨ ਕਿੱਲਰ ਰਹਿੰਦੇ ਹੈ? ਜਿਹਨੇ ਕਿਲ ਕੀਤਾ ਸੀ ਉਹ ਰਹਿੰਦਾ? ਹਾਂ, ਦੋਨੇ ਜਾਂਦੇ ਸਰ।
ਇੱਕ ਮੋਟਰਸਾਈਕਲ ਚਲਾ ਰਿਹਾ ਸੀ ਇੱਕ ਨੇ ਮਾਰਿਆ ਸੀ ਹਾਂ ਸਰ ਸਿਸਟਮ ਵਿੱਚ ਕਨਸਪੀਰੈਂਸੀ ਘੜੀ ਹੈ ਪਰ ਉਸਨੇ ਜਿਹੜੀ ਕਨੋਲੋਜੀ ਆ ਮੈਨੇਜਮੈਂਟ ਕਿਵੇਂ ਕੀਤਾ ਕਿ ਸਿਸਟਮ ਉੱਤੇ ਸ਼ੱਕ ਹੈ ਜਾਂ ਕਿਸ ਨੇ ਸ਼ੱਕ ਦਾ ਜ਼ਾਹਰ ਕੀਤਾ ਸੀ ਕਿ ਤੁਸੀਂ ਆਪ ਹੀ ਜਿਹਦਾ ਨਹੀਂ ਸ਼ੱਕ ਵੀ ਜ਼ਾਹਰ ਕੀਤਾ ਸੀ ਜਦੋਂ ਅਸੀਂ ਐਕਿਊਜ਼ ਨੂੰ ਟਰੈਕ ਕਰ ਰਹੇ ਸੀ ਕਿਉਂਕਿ ਮੋਟਰਸਾਈਕਲ ਦੇ ਉੱਤੇ ਪਤਾ ਲੱਗਿਆ ਸੀ ਵੀ ਇਹ ਇੱਧਰੋਂ ਆਏ ਨੇ ਇੱਧਰ ਨੂੰ ਜਾ ਰਹੇ ਨੇ ਜਦੋਂ ਐਕਿਊਜ਼ ਨੂੰ ਟਰੈਕ ਕਰ ਰਹੇ ਸੀ ਤਾਂ ਉਹਨਾਂ ਨੂੰ ਆਈਡੈਂਟੀਫਾਈ ਕਰਨ ਦੇ ਚੱਕਰ ਦੇ ਵਿੱਚ ਵੀ ਰੀਚਡ ਉਹ ਪਿੰਡ ਜਿੱਥੋਂ ਇਹ ਸਵੇਰੇ ਆਏ ਸੀਗੇ ਜਿੱਥੋਂ ਦੀ ਉਹ ਲੇਡੀ ਦੂਸਰੀ ਰਾਤ ਨੂੰ ਇਹ ਜਿਹੜੀ ਸਿਸਟਰ ਹੈ ਉਹ ਉਸੇ ਪਿੰਡ ਗਈ ਹੋਈ ਸੀ ਆਪਣੀ ਸਹੇਲੀ ਕੋਲ ਹੀ ਰੁਕੀ ਸੀ ਰਾਤ ਨੂੰ ਸਵੇਰੇ ਹੀ ਆਈ ਹੈ ਉਹਦੇ ਪਿੱਛੇ ਹੀ ਕਿੱਲਰ ਆਏ ਨੇ ਘੰਟੇ ਬਾਅਦ ਹੀ ਬਿਠਾ ਕੇ ਲੈ ਗਏ ਨੇ ਅਤੇ ਐਕਟ ਨੂੰ ਅੰਦਾਜ਼ ਠੀਕ ਹੈ ਥੈਂਕ ਯੂ।